ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਝੋਨੇ ਤੇ ਬਾਸਮਤੀ ਦੀਆਂ ਜਿਹੜੀਆਂ ਇੱਕ ਦੋ ਕਿਸਮਾਂ ਜਿਨ੍ਹਾਂ ਦੇ ਵਿੱਚ ਉੱਲੀ ਰੋਗਾਂ ਦੀ ਕਾਫੀ ਸਮੱਸਿਆ ਦੇਖਣ ਨੂੰ ਮਿਲੀ ਤੇ ਕੁਝ ਥਾਵਾਂ ਦੇ ਉੱਤੇ ਜਿਹੜਾ ਹੈਗਾ ਕਿਸਾਨ ਵੀਰਾਂ ਵੱਲੋਂ ਜਿਹੜੀ ਗੋਭ ਸਮੇਂ ਆਪਾਂ ਸਪਰੇਅ ਕਰਨੀ ਆ ਜਾਂ ਗੋਭ ਦੇ ਵਿੱਚੋਂ ਮੁੰਜਰ ਨਿਕਲਣ ਤੋਂ 15-20 ਦਿਨ ਪਹਿਲਾਂ ਆਪਾਂ ਕਰ ਸਕਦੇ ਹਾਂ ਉਸ ਤੋਂ ਬਾਅਦ ਰਿਪੀਟ ਕਰਨੀ ਹੁੰਦੀ 12-15 ਦਿਨ ਤੇ ਇੱਥੇ ਥੋੜਾ ਜਿਹਾ ਆਪਣੇ ਤੋਂ ਜਿਹੜਾ ਹੈਗਾ ਇੱਕ ਫਰਕ ਰਹਿ ਗਿਆ ਕਿ ਕੁਝ ਕਿਸਾਨ ਵੀਰ ਆ ਜਿਹੜੇ ਸਪਰੇਅ ਉਦੋਂ ਕਰਦੇ ਆ ਜਦੋਂ ਮੰਨ ਲਓ ਜ਼ਿਆਦਾਤਰ ਕਿਸਾਨ ਵੀਰ ਇਹੀ ਪੁੱਛਦੇ ਜੀ ਸਾਡਾ ਝੋਨਾ ਜਿਹੜਾ 5% ਨਿਸਰ ਗਿਆ ਜਾਂ 10 ਨਿਸਰ ਗਿਆ ਜਾਂ 15 ਨਿਸਰ ਗਿਆ ਜਾਂ 20 ਨਿਸਰ ਗਿਆ ਜਾਂ ਇਹ ਕੋਈ ਕੋਈ ਮੁੰਜਰ ਜਿਹੜੀ ਹੈਗੀ ਆ ਖੇਤ ਦੇ ਵਿੱਚ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਅਸੀਂ ਹੁਣ ਸਪਰੇਅ ਕਰ ਦਈਏ ਇੱਥੇ ਆ ਕੇ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਆ ਆਪਾਂ 10 ਦਿਨ 15 ਦਿਨ ਲੇਟ ਹੋ ਜਾਂਦੇ ਆ ਜਿਹੜੀ ਸਪਰੇਅ ਆ ਉਹ ਸਹੀ ਮਾਨਿਆਂ ਦੇ ਵਿੱਚ ਜਦੋਂ ਫਸਲ ਗੋਭ ਚਾਉਂਦੀ ਗੋਭ ਸਮੇਂ अर्ਲੀ ਬੂਟ ਕਹਿ ਲੋ ਜੇ ਆਪਾਂ ਨੂੰ ਉਦੋਂ ਨਹੀਂ ਪਤਾ ਲੱਗਦਾ ਥੋੜੀ ਜੀ ਮੁੰਜਰ ਜਦੋਂ ਵੱਡੀ ਹੁੰਦੀ ਤਣਾ ਫੁੱਲ ਜਾਂਦਾ ਤਾਂ ਉਦੋਂ ਆਪਾਂ ਸਪਰੇਅ ਕਰ ਦਈਏ ਤਾਂ ਉਹਦਾ ਬਹੁਤ ਫਾਇਦਾ ਹੁੰਦਾ ਫਿਰ ਆਪਾਂ ਉਹ ਜਿਹੜੀ 10 12 ਦਿਨ ਤੇ ਰਿਪੀਟ ਕਿਉਂਕਿ ਉਲੀ ਨਾਸ਼ਕ ਰਿਪੀਟ ਕਰਨੀ ਵੀ ਜ਼ਰੂਰੀ ਹੁੰਦੀ ਆ ਜਾਂ ਆਪਾਂ ਜਿਹੜੀ ਹੈਗੀ ਐ ਮਿਡਲ ਬੂਟ ਸਟੇਜ ਜਾਂ ਲੇਟ ਤੇ ਕਰਤੀ ਤਾਂ ਫਿਰ ਆਪਾਂ ਮਿਲਕ ਸਟੇਜ ਤੇ ਇੱਕ ਦੁਬਾਰਾ ਕਰਨੀ ਹੁੰਦੀ ਆ ਕੁਝ ਕਿਸਾਨ ਵੀਰ ਆ ਜਿਹੜੇ ਉਹ ਜਦੋਂ ਨਸਾਰਾ ਹੋਣਾ ਸ਼ੁਰੂ ਹੋ ਜਾਂਦਾ ਜਾਂ ਇੱਕ ਅੱਧੀ ਮੁੰਜਰ ਦੇਸਣ ਲੱਗਦੀ ਕਿਉਂਕਿ ਉਸ ਸਮੇਂ ਤੱਕ ਤਾਂ ਮੁੰਜਰ ਪੂਰੀ ਡਿਵੈਲਪ ਹੋ ਚੁੱਕੀ ਹੁੰਦੀ ਬਾਹਰ ਆਉਣਾ ਹੁੰਦਾ ਤਾਂ ਉਦੋਂ ਤੱਕ ਜਿਹੜਾ ਕੋਈ ਸੀਡ ਬੋਰਨ ਡਿਜ਼ੀਜ਼ ਹੈ ਬੀਜ ਰਾਈ ਫੈਲਣ ਵਾਲਾ ਰੋਗ ਆ ਤਾਂ ਉਹ ਇਫੈਕਟ ਕਰ ਜਾਂਦਾ ਹੈ ਫਿਰ ਆਪਾਂ ਜਿਹੜਾ ਹੈਗਾ ਕਹਿ ਦਿੰਨੇ ਕਿ ਅਸੀਂ ਸਪਰੇ ਵੀ ਕੀਤੀ ਸੀ ਨਸਾਰੇ ਤੋਂ ਪਹਿਲਾਂ ਤੇ ਪਰ ਉਹਦੇ ਵਿੱਚ ਰੋਗ ਆ ਗਿਆ ਉਹਦਾ ਕਾਰਨ ਇਹ ਬਣਦਾ ਕਿਉਂਕਿ ਆਪਾਂ ਸਪਰੇ ਕਰਨੀ ਪਹਿਲਾਂ ਫਿਰ ਕਿਉਂਕਿ ਉਹਦਾ ਰਿਜ਼ਲਟ ਮਿਲਣ ਤੇ ਵੀ ਆਪਾਂ ਨੂੰ ਘਟੋ ਘਟ ਨਤੀਜਾ ਉਹਦਾ ਸ਼ੁਰੂ ਹੋਣ ਦੇ ਜਿਹੜਾ ਉਲੀਨਾਸ਼ਕ ਆਪਾਂ ਕਰ ਰਹੇ ਆ ਉਹਤੇ ਵੀ ਘਟੋ ਘਟ ਕੋਈ 24 48 ਘੰਟੇ ਦਾ ਸਮਾਂ ਲੱਗਦਾ ਉਹਦਾ ਜਿਹੜਾ ਹੈਗਾ ਉਹਦੀ ਰਿਐਕਸ਼ਨ ਸ਼ੁਰੂ ਹੋਣ ਤੇ ਜੇ ਉਹਦਾ ਆਪ ਦਾ ਕੰਮ ਕਰਨਾ ਸ਼ੁਰੂ ਕਰਨਾ ਹੈ ਉਹਦੇ ਵਾਸਤੇ ਕੋਈ ਸਮਾਂ ਚਾਹੀਦਾ ਉਸ ਤੋਂ ਬਾਅਦ ਫਿਰ ਆਉਣੇ ਜਿਹੜੀ ਬਿਮਾਰੀ ਇਨਫੈਕਸ਼ਨ ਹੋਈ ਹੁੰਦੀ ਉਹਨੂੰ ਰੋਕਣਾ ਹੁੰਦਾ ਜੇ ਉਹ ਇਨਫੈਕਸ਼ਨ ਲੇਟ ਸਟੇਜ ਤੇ ਆਪਾਂ ਸਪਰੇਅ ਕਰੀ ਜਾਂਦੇ ਆ ਤਾਂ ਫਿਰ ਜਿਹੜਾ ਹੈਗਾ ਨਿਸ਼ਾਨੀਆਂ ਤਾਂ ਜ਼ਰੂਰ ਨਜ਼ਰ ਆਉਣਗੀਆਂ ਫਿਰ ਭਾਵੇਂ ਜਿਹੜੀ ਬਿਮਾਰੀ ਘੱਟ ਫੈਲੇ ਫਿਰ ਆਪਾਂ ਸਪਰੇਅ ਰਿਪੀਟ ਕਰਤੀ ਤਾਂ ਰੁਕ ਜਾਂਦੀ ਆ ਪਰ ਇਹ ਜਿਹੜੀ ਹੈਗੀ ਸਮੱਸਿਆ ਬਹੁਤ ਜ਼ਿਆਦਾ ਆਈ ਹੈ ਮੈਂ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਕਿਸਾਨ ਵੀਰ ਬਹੁਤ ਸਾਰੇ ਇਹੀ ਪੁੱਛਦੇ ਰਹੇ ਕਿ 5% 10% 15% ਨਸਾਰਾ ਹੋ ਗਿਆ ਸਾਡੇ 35% ਸਾਰਾ ਹੋ ਗਿਆ ਹੁਣ ਅਸੀਂ 13045 ਕਰ ਦਈਏ ਇਹ ਵੀ ਕਾਰਨਕ ਬਣਦਾ ਕੋਈ ਕਿਸਾਨ ਵੀਰ ਹੈ ਜਿਹੜੇ ਉਹ ਜਮਾ ਨਸਾਰਾ ਜਦੋਂ ਇੱਕ ਦੋ ਮੁੰਜਰਾਂ ਦੇ ਸਣ ਲੱਗਦੀਆਂ ਐ ਨਸਾਰਾ ਸ਼ੁਰੂ ਹੋ ਜਾਂਦਾ ਉਦੋਂ 13045 ਸਪਰੇਅ ਕਰ ਦਿੰਦੇ ਆ ਕਿਉਂਕਿ ਫਲਾਵਰਿੰਗ ਸਟੇਜ ਸ਼ੁਰੂ ਹੋਣੀ ਹੁੰਦੀ ਫੇਰ ਕਹਿੰਦੇ ਆਈ ਸਾਡੇ ਫੋਕ ਪੈ ਗਈ ਸਪਰੇਅ ਕਰਨ ਨਾਲ ਸੋ ਇਹਦੇ ਵਿੱਚ ਆਪਾਂ ਨੂੰ ਗਲਤੀ ਨਹੀਂ ਕਰਨੀ ਚਾਹੀਦੀ ਗੋਭ ਸਮੇਂ ਜਦੋਂ ਮੁੰਜਰ ਥੱਲੇ ਬਣ ਰਹੀ ਹੈ ਬੂਟੇ ਦੇ ਵਿੱਚ ਤਣੇ ਦੇ ਵਿੱਚ ਉਦੋਂ ਆਪਾਂ ਸਪਰੇਅ ਕਰਨੀ ਹੁੰਦੀ ਹੈ ਉਹ ਸਹੀ ਸਮਾਂ ਹੁੰਦਾ ਹੈ ਫਿਰ ਜਿਹੜੇ ਰੋਗ ਆਏ ਆ ਇੱਕ ਦੋ ਕਿਸਮਾਂ ਜਿਹੜੀਆਂ ਮੈਂ ਜ਼ਿਆਦਾ ਦੇਖੀਆਂ ਜਿਹਦੇ ਵਿੱਚ ਖਾਸ ਤੌਰ ਤੇ ਪੂਸਾ 44 ਕਿਸਾਨ ਵੀਰ ਕਹਿੰਦੇ ਜਾਂ ਡੋਗਰ ਪੂਸਾ ਜਿਹੜਾ ਕਹਿੰਦੇ ਆ ਜਾਂ ਬਾਸਮਤੀ 1401 ਮੁਛਲ ਇਹਦੇ ਵਿੱਚ ਰੋਗ ਕਾਫੀ ਦੇਖਣ ਨੂੰ ਮਿਲੇ ਆ ਜਾਂ ਕਿਸਾਨ ਵੀਰ ਪੀਲੀ ਪੂਸਾ ਸੌਰੀ ਪੀਲੀ 14 ਕਾਲੇ 14 ਕਹਿੰਦੇ ਬੇਸਿਕਲੀ ਜਿਹੜੀ PR114 ਹੁੰਦੀ ਆ ਪਰ ਉਹਦਾ B ਆ ਜਿਹੜਾ ਅੱਗੇ ਦੀ ਅੱਗੇ ਉਹ ਜਿਹੜਾ ਵਧਾ ਕੇ ਜਾਂ ਉਹਦੇ ਵਿੱਚ ਕੋਈ ਸਿਲੈਕਸ਼ਨ ਕਰਕੇ ਵਰਤ ਲੈਂਦੇ ਆ PR114 ਮੇ ਬੇਸਿਕਲੀ ਕਿਸਮ ਆ ਇਹ ਜਿਹੜੀ ਹੈਗੀ तकरीबन 1999 ਤੋਂ ਚੱਲ ਰਹੀ ਕਾਫੀ ਪੁਰਾਣੀ ਹੋ ਗਈ ਕਿਸ ਸਮੇਂ 1999 'ਚ ਰਿਲੀਜ਼ ਕੀਤੀ ਸੀ ਪੀਓ ਲੁਧਿਆਣਾ ਨੇ ਇੱਕ ਪੀਆਰ 111 ਉਹ ਇਸ ਤੋਂ ਵੀ ਪੁਰਾਣੀ ਸੀ ਪਰ ਹੁਣ ਉਹ ਪੈਕੇਜ ਚੋਂ ਕੱਢ ਦਿੱਤੀ ਗਈ ਹੈ ਪਰ ਪੀਆਰ 114 ਦੀ ਸਿਫਾਰਸ਼ ਹੈਗੀ ਪਰ ਇਹਦੇ ਵਿੱਚ ਰੋਗ ਹੈ ਇਸ ਵਰਕਾਫੀ ਦੇਖਣ ਨੂੰ ਮਿਲਿਆ ਜਿਹਦੇ ਵਿੱਚ ਪਹਿਲਾਂ ਸ਼ੀਥ ਬ্লাইਟ ਥੋੜੀ-ਬਹੁਤੀ ਆਈ ਫਿਰ ਜਿਹੜੀ ਹੁਣ ਸਾਰੇ ਸਮੇਂ ਸ਼ੀਥ ਥ੍ਰੌਟ ਵੀ ਆਈ ਹੈ ਪੈਨਿਕਲ ਬ্লাইਟ ਦਾ ਵੀ ਜਿਹੜਾ ਹੈਗਾ ਕੋਈ ਅਸਰ ਨਜ਼ਰ ਆਇਆ ਹੈ ਸ਼ੀਥ ਥ੍ਰੌਟ ਕਾਫੀ ਆਈ ਹੈ ਫਿਰ ਹੁਣ ਕਿਤੇ ਕਿਤੇ ਬੈਕਟੀਰੀਅਲ ਬ্লাইਟ ਨਜ਼ਰ ਆ ਰਹੀ ਬਲਾਸਟ ਨਜ਼ਰ ਆ ਰਹੀ ਹੈ ਸੋ ਇਹ ਚ ਰੋਗ ਕਾਫੀ ਜ਼ਿਆਦਾ ਜਿਹੜੇ ਨਜ਼ਰ ਆਏ ਜਿੰਨੇ ਕੁ ਫੀਲਡ ਅਨਲਿਸਿਸ ਵਿਜ਼ਿਟ ਕੀਤੇ ਆ ਉਹਨਾਂ ਦਾ ਨਰੀਖਣ ਕੀਤਾ ਤੇ ਜਿਹੜੀ ਡੋਗਰ ਪੂਸਾ ਜਾਂ ਪੂਸਾ 44 ਉਹਦੇ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਹੁਣ ਬੈਕਟੀਰੀਅਲ ਬਲਾਈਟ ਆ ਉਹਦਾ ਕਾਫੀ ਜਿਹੜਾ ਹਮਲਾ ਨਜ਼ਰ ਆ ਰਿਹਾ ਦੌਗੀਆਂ ਦੇ ਵਿੱਚ ਸ਼ੁਰੂ ਹੋ ਰਹੀ ਹੈ ਉੱਪਰੋਂ ਜਿਹੜੇ ਹੈਗੇ ਪੱਤੇ ਨੋਕਾਂ ਤੋਂ ਸੁੱਕਣੇ ਸ਼ੁਰੂ ਹੁੰਦੇ ਆ ਪੀਲੀਆਂ ਹਰੇ ਰੰਗ ਦੀਆਂ ਧਾਰੀਆਂ ਥੱਲੇ ਤੱਕ ਪੈਂਦੀਆਂ ਨੇ ਫਿਰ ਹੌਲੀ ਹੌਲੀ ਜਿਹੜਾ ਪੱਤਾ ਸੁੱਕਦਾ ਫਿਰ ਬੂਟਾ ਸਾਰਾ ਸੁੱਕ ਜਾਂਦਾ ਦੌਗੀਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਫੈਲਦੀ ਆ ਸੋ ਇਹਦੇ ਕਰਕੇ ਜਿਹੜੀਆਂ ਆਪਾਂ ਇੱਕ ਤਾਂ ਬੀਜ ਦੀ ਸੋਧ ਇੱਕ ਜਿਹੜੀ ਤੁਸੀਂ ਵੈਰੈਟੀ ਹੈ ਜਿਹੜੀ ਉਹ ਜਿਹੜੀ ਦੂਜੇ ਚੌਥੇ ਸਾਲ ਪੰਜਵੇਂ ਸਾਲ ਆਪਾਂ ਵੈਰੈਟੀ ਵੀ ਬਦਲ ਦਿਆ ਕਰੀਏ ਤੇ ਬੀਜ ਵੀ ਜਿਹੜਾ ਹੈਗਾ ਸੋਰਸ ਆਪਾਂ ਚੇਂਜ ਕਰ ਦਈਏ ਤੇ ਬੀਜ ਨੂੰ ਸੋਧ ਕੇ ਬੀਜੀਏ ਤੇ ਕੋਸ਼ਿਸ਼ ਕਰਿਆ ਕਰੀਏ ਕਰਮੀਰਾ ਉੱਤੀ ਵਹਾਈ ਹਰ ਸਾਲ ਆਪਾਂ ਕਰੀਏ ਤੇ ਜ਼ਮੀਨ ਨੂੰ ਤਾਕਤ ਦੇਣ ਵਾਸਤੇ ਹਰੀਆਂ ਖਾਦਾਂ ਰੂੜੀ ਦੀ ਖਾਦ ਵੀ ਜ਼ਮੀਨ ਦੇ ਵਿੱਚ ਜ਼ਰੂਰ ਪਾਈਏ ਕਿਉਂਕਿ ਜੇ ਜ਼ਮੀਨ ਤਗੜੀ ਉਹ ਬੂਟੇ ਨੂੰ ਤਾਕਤ ਮਿਲੂ ਤਾਂ ਉਹ ਬਿਮਾਰੀ ਕੀੜੇ ਮਕੌੜੇ ਰੋਗਾ ਨਾਲ ਲੜਨ ਦੀ ਸ਼ਕਤੀ ਉਹਨਾਂ ਦੇ ਵਿੱਚ ਸਹਿਣਸ਼ੀਲਤਾ ਆਉਂਦੀ ਹੈ ਫਿਰ ਹੈ ਬਾਸਮਤੀ ਜਿਹੜਾ 1401 ਮੁਛਲ ਤੁਸੀਂ ਕਹਿੰਦੇ ਨੇ ਉਹਦੇ ਵਿੱਚ ਵੀ ਕਾਫੀ ਰੋਗ ਆਉਂਦੇ ਆ ਉੱਲੀ ਰੋਗ ਕਾਫੀ ਦੇਖਣ ਨੂੰ ਮਿਲਦੇ ਆ ਫੁੱਟ ਰੌਟ ਕਾਫੀ ਜ਼ਿਆਦਾ ਆਈ ਫਿਰ ਉਸ ਤੋਂ ਬਾਅਦ ਜਿਹੜੀ ਬ੍ਰਾਊਨ ਲੀਫ ਸਪੌਟ ਇਹ ਕਾਫੀ ਦੇਖਣ ਨੂੰ ਮਿਲੀ ਆ ਸੋ ਇਹ ਦੇ ਕਰਕੇ ਫਿਰ ਮਗਰੋਂ ਆ ਕੇ ਜਿਹੜੀ ਬਲਾਸਟ ਆ ਜਾਂਦੀ ਆ ਸੋ ਇਹ ਦੇ ਕਰਕੇ ਜਿਹੜਾ ਸਮੇਂ ਸਿਰ ਤੁਸੀਂ ਉੱਲੀ ਨਾਸ਼ਕਾਂ ਦਾ ਸਪਰੇਅ ਜ਼ਰੂਰ ਕਰਨਾ ਕਿਉਂਕਿ ਝਾੜ ਇੰਨਾ ਕਿਸਮਾਂ ਦਾ ਕੋਈ ਸ਼ੱਕ ਨਹੀਂ ਜ਼ਿਆਦਾ ਹੋ ਜਾਂਦਾ ਤੇ ਕੁਝ ਏਰੀਆ ਵੀ ਇਹ ਕਿਸਮਾਂ ਖਾਸ ਕਿਸਮਾਂ ਲਾਉਣੀਆਂ ਪਸੰਦ ਕਰਦਾ ਪੰਜਾਬ ਦਾ ਸੋ ਇਹ ਦੇ ਕਰਕੇ ਪਰ ਇਹਦੇ ਵਿੱਚ ਖਾਸ ਗੱਲਾਂ ਕਿਸਾਨ ਵੀ ਰੱਖਿਆ ਰੱਖਣਯੋਗ ਹੁੰਦੀਆਂ ਇੱਕ ਤਾਂ ਪਾਣੀ ਦਾ ਧਿਆਨ ਬਹੁਤ ਰੱਖਣਾ ਕਿ ਪਹਿਲਾਂ ਆਪਾਂ ਪਾਣੀ ਰੋਕ ਕੇ ਲਾਉਣਾ ਫਿਰ ਆਪਾਂ ਗੋਭ ਸਮੇਂ ਤੋਂ ਪਹਿਨੇ ਗੱਲ ਨਿਸ਼ੇਸ਼ਨ ਤੋਂ ਥੋੜਾ ਥੋੜਾ ਰੱਖਣਾ ਆਪਾਂ ਪਹਿਲਾਂ ਪਾਣੀ ਪੂਰਾ ਭਰ ਕੇ ਰੱਖਦੇ ਆ ਜਿਹਦੇ ਨਾਲ ਮਗਰੰਦਕ ਆ ਕੇ ਉੱਲੀ ਰੋਗ ਜਿਹੜੇ ਡਿਵੈਲਪ ਕਰ ਜਾਂਦੇ ਜਿਹਦੇ ਸਟੈਮ ਰੌਟ ਵੀ ਆ ਜਾਂਦੀ ਕਈ ਵਾਰ ਜਿਹੜਾ ਤਣੇ ਦਾ ਗਾਲਾ ਉਹ ਵੀ ਆ ਜਾਂਦਾ ਸੋ ਇਹ ਗੱਲਾਂ ਆਪਾਂ ਖਾਸ ਤੌਰ ਤੇ ਜਿਹੜੀਆਂ ਹੈਗੀਆਂ ਖਿਆਰ ਰੱਖਣੀਆਂ ਤੇ ਸਪਰੇਅ ਕਰਨ ਦਾ ਸਮਾਂ ਬੜਾ ਡਿਪੈਂਡ ਕਰਦਾ ਕੋਈ ਕਿਸਾਨ ਵੀਰ ਜਿਹੜੇ ਪਹਿਲਾਂ ਉਹਨਾਂ ਨੇ ਜਿਹੜੀ ਐਨਪੀਕੇ ਨਹੀਂ ਕੀਤੀ ਫਿਰ ਉਹ ਮਿਲਕ ਸਟੇਜ ਤੇ ਜਿਹੜਾ ਪੁੱਛ ਰਹੇ ਸੀ ਉਹਦਾ ਕਰਨ ਬਾਰੇ ਉਹ ਤੁਸੀਂ ਕਰਨਾ ਕਰ ਸਕਦੇ ਹੋ ਪਰ ਬੇਸਿਕਲੀ ਗੋਹ ਸਮੇਂ ਜੇ ਤੁਸੀਂ ਸਪਰੇਅ ਕਰੋ ਤਾਂ ਉਹਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਗੋਮ ਸਮੇਂ ਹੀ ਆਪਾਂ ਉਲੀਨਾਸ਼ਕ ਤੇ ਗੋਹ ਸਮੇਂ ਆਪਾਂ ਐਂਟੀਬਾਇਓਟਿਕ ਬੈਕਟੀਰੀਸਾਈਡ ਨੇ ਜਿਹੜੇ ਖਾਸ ਤੌਰ ਤੇ ਸਟੈਪਟੋਸਾਈਕਲੀਨ ਜਿਹਦੇ ਵਿੱਚ ਸਟੈਪਟੋਮਾਈਸਿਨ ਸਲਫੇਟ ਤੇ ਟੈਟਰਾਸਾਈਕਲੀਨ ਹਾਈਡਰੋਕਲੋਰਾਈਡ ਹੁੰਦਾ ਆ ਇਹ ਆਪਾਂ ਜਿਹੜਾ ਹੈਗਾ ਵਰਤ ਸਕਦੇ ਆ ਦੀ ਸਪਰੇਅ ਕਰ ਸਕਦੇ ਆ ਇਹ ਆਪਾਂ ਜਿਹੜਾ ਬੈਕਟੀਰੀਆ ਰੋਗ ਨੂੰ ਬਚਾਉਣ ਵਾਸਤੇ ਜਿਹਦੇ ਵਿੱਚ ਖਾਸ ਤੌਰ ਤੇ ਬੈਕਟੀਰੀਅਲ ਬਲਾਈਟ ਪੈਨਿਕਲ ਬਲਾਈਟ ਹੈ ਤੇ ਬੈਕਟੀਰੀਅਲ ਲੀਫ ਬਲਾਈਟ ਇਹਨੂੰ ਰੋਕਣ ਵਾਸਤੇ ਆਪਾਂ ਐਂਟੀ ਬਾਇਓਟਿਕ ਬੈਕਟੀਰੀਸਾਈਡ ਜਿਹੜੀ ਵਰਤਨੇ ਹੁੰਦੇ ਆ ਤੇ ਜ਼ਰੂਰਤ ਅਨੁਸਾਰ ਉਲੀਨਾਸ਼ਕ ਸਮੇਂ ਤੋਂ ਪਹਿਲਾਂ ਜਾਂ ਸਮੇਂ ਤੋਂ ਬਾਅਦ ਕਰਨ ਦਾ ਆਪਾਂ ਨੂੰ ਬਹੁਤਾ ਫਾਇਦਾ ਨਹੀਂ ਹੁੰਦਾ ਉਹਦੇ ਨਾਲ ਫਿਰ ਫੋਕ ਹੈ ਤੱਕੀ ਕਈ ਸਮਾਂ ਦੇ ਦੇਖਣ ਜਾ ਕੇ ਫੋਕ ਦੀ ਕਾਫੀ ਸਮੱਸਿਆ ਜਿਹੜੀ ਕਿ ਆ ਸਕਦੀ ਹੈ ਫਸਲ ਦੇ ਵਿੱਚ ਸੋ ਇਹ ਖਾਸ ਗੱਲਾਂ ਜਿਹੜੀਆਂ ਆਪਣਾ ਧਿਆਨ ਰੱਖਣ ਜੋਗਾ ਤੇ ਸਮੇਂ ਸਿਰ ਜਿਹੜਾ ਸਪਰੇਅ ਕਰਨੀ ਆ ਤੇ ਸਹੀ ਡੋਜ਼ ਦੀ ਜਿਹੜੀ ਮਾਤਰਾ ਸਪਰੇਅ ਕਰਨੀ ਆ ਕਈ ਕਿਸਾਨ ਵੀ ਜਿਹੜਾ ਗੈਪਸ ਗੈਰ ਸਫਾਰਸ਼ੀ ਵੀ ਜਿਹੜੇ ਉਲੀਨਾਸ਼ਕਾ ਉਹ ਸਪਰੇਅ ਕਰ ਲਾ ਪਏ ਆ ਡੋਜ਼ ਵੱਧ ਘੱਟ ਕਰ ਲੈਨੇ ਆਪਾਂ ਕੋਈ ਕਿਸਾਨ ਵੀ ਪਿਛਲੇ ਦਿਨ ਪੁੱਛਦੇ ਕਿ ਐਮੀ ਸਟਾਰ ਅਸੀਂ 150 ml ਜਿਹੜੀ ਪ੍ਰਤੀ ਏਕੜ ਕਰ ਦਿੰਨੇ ਆ ਉਹਦਾ ਵੀ ਰਿਜ਼ਲਟ ਠੀਕ ਮਿਲਦਾ ਪਰ ਅੰਡਰ ਡੋਜ਼ ਤੇ ਓਵਰ ਡੋਜ਼ ਦੋਵੇਂ ਹੀ ਨੁਕਸਾਨਦੇਜ ਨਾ ਓਵਰਡੋਜ ਪਾਓ ਨਾ ਡੋਜ ਸਿਫਾਰਿਸ਼ ਤੋਂ ਘੱਟ ਪਾਓ ਐਮਐਸਟਾਰ 200 ਐਮਐਲ ਸਿਫਾਰਿਸ਼ ਸੋ ਇਹ ਗੱਲਾਂ ਆਪਣੀਆਂ ਖਾਸ ਧਿਆਨ ਰੱਖਣਯੋਗ ਹੁੰਦੀਆਂ ਕਿਸਾਨ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ